ਸ੍ਰੀਕਾਲ ਕੀ ਹਾਲ ਹੈ ਤੁਹਾਡੇ ਸਾਰ ਦੇ ਤੇ ਤੁਹਾਡੇ ਲਈ ਅੱਜ ਦੁਬਾਰਾ ਇੱਕ ਨਵੀਂ ਵੀਡੀਓ ਲੈ ਕੇ ਆਇਆ ਤੇ ਡਾਇਲੌਗ ਆਪਣਾ ਚੇਂਜ ਕਰ ਦਿੱਤਾ ਹੈ ਅੱਜ ਖਾਲਸਾ ਭਾਈ ਆਪਣੇ ਕੋਲ ਨਾਰਾਜ਼ ਨਹੀਂ ਹੋਣਗੇ ਤੇ ਉਹ ਹਲੇ ਬਿਹਾਈਂਡ ਦਾ ਕੈਮਰਾ ਨੇ ਆਪਾਂ ਨਾਲ ਲੈ ਕੇ ਆਉਂਦੇ ਆ ਭਾਈ ਨੂੰ ਉਸ ਤੋਂ ਪਹਿਲਾਂ ਤੁਸੀਂ ਚੈਨਲ ਕਰ ਲਓ ਸਾਰੇ ਜਣੇ ਯਾਰ ਸਬਸਕ੍ਰਾਈਬ ਤੇ ਬੈਲ ਆਈਕਨ ਕਰ ਲਓ ਔਨ ਤੇ ਮੈਂ ਭਾਈ ਨੂੰ ਕਵਾਂਗਾ ਆਪਣੇ ਟੈਗਿੰਗ ਭਾਈ ਨੂੰ ਆ ਜਾਓ ਯਾਰ ਭਾਈ ਆਪਾਂ ਅੱਜ ਆਪਾਂ ਕੁਝ ਅਲੱਗ ਚੀ ਲੈ ਕੇ ਆਇਆ ਹਨਾ ਬਿਲਕੁਲ ਜੀ ਬਿਲਕੁਲ ਪਹਿਲਾਂ ਦਾ ਡਾਇਲੌਗ ਅਲੱਗ ਹੋ ਗਿਆ ਬਿਲਕੁਲ ਬਹੁਤ जो कि ऑफ रोडिंग टायर दे नाल गड्डी नूं अलॉय व्हील भी उस दे अकॉर्डिंग ही चूज कीता गया सब कुछ थार भाई दस्या जाए थार यूज किया गया साडे वल्लों सब तों पहला टायर और व्हील दी नॉलेज उस तो बाद आपां एक्सेसरी दवांगे बिल्कुल जी ते दस्या जावे सारों पहले जी टायर ते अलॉय दी गल करांगे असी इहदे विच बिल्कुल एक डिफरेंट अलॉय यूज कीता है जो कि फ्यूल कंपनी दा ठीक है फ्यूल दा ऑफ रोडिंग व्हील है तुसी देख सकदे हो ठीक है ऑफ रोड है ठीक है ते नाल असी ऑफ रोड ही टायर यूज कीता ऑफ रोड टाइप है टायर 80 है ऑल ट्रेन है अपनी गड्डी चार सेट अगर गिनी एक अलॉय दा भार है ਬਹੁਤ ਮਤਲਬ ਕਿ ਠੀਕ ਹੈ ਗੱਡੀ ਦੇ ਅਕੋਰਡਿੰਗ ਜਿੱਦਾਂ ਮਤਲਬ ਵੀ ਤੁਸੀਂ ਆਫ ਰੋਡ ਵੀ ਜਾਓ ਤਾਂ ਵੀ ਅਲੋਏ ਨੂੰ ਟੁੱਟਣ ਦੀ ਕੋਈ ਟੈਨਸ਼ਨ ਨਹੀਂ ਹੈ ਕੋਈ ਕੁਝ ਨਹੀਂ ਹੈ ਬੇਸਿਕਲੀ ਹੈ ਵਰਲਡਵਾਈਡ ਬ੍ਰਾਂਡ ਹੈ ਫਿਊਲ ਓਨਲੀ ਸਾਡੇ ਕੋਲ ਮਿਲੂਗਾ ਇਹ ਵੀ ਗਰੰਟੀ ਹੈ ਜਲੰਧਰ ਦੇ ਵਿੱਚ ਤੁਸੀਂ ਬੇਚਿੰਤ ਹੋ ਕੇ ਕਾਲ ਕਰ ਸਕਦੇ ਹੋ ਅਵੇਲੇਬਿਲਟੀ ਮਿਲ ਜਾਏਗੀ ਤੇ ਆ ਤੁਸੀਂ ਦੇਖ ਸਕਦੇ ਹੋ ਉੱਪਰ ਫਿਊਲ ਦਾ ਪੱਕੀ ਬੈਚਿੰਗ ਹੈ ਟੈਗਿੰਗ ਹੈ ਪੂਰੀ ਫਿਊਲ ਦੀ ਜਿਹਨੂੰ ਗ੍ਰੇਵ ਕੀਤਾ ਗਿਆ ਐਨਗ੍ਰੇਵਡ ਐਨਗ੍ਰੇਵਡ ਇਨ ਠੀਕ ਹੈ ਤੇ ਉਸ ਤੋਂ ਇਲਾਵਾ ਫਿਊਲ ਦਾ ਕੈਪ ਦੇਖ ਸਕਦੇ ਹੋ ਕਿੰਨਾ ਅਟਰੈਕਟਿਵ ਹੈਗਾ ਤੇ ਇਹ ਥੱਲੇ ਨੈਟ ਲੱਗੇ ਨੇ ਜਿਹਦੇ ਨਾਲ ਆਪਣਾ ਹੱਬ ਦੇ ਨਾਲ ਜਾ ਕੇ ਜੁੜਦਾ ਤੇ ਇਸ ਤੋਂ ਇਲਾਵਾ ਇਹਨੂੰ ਆਪਾਂ ਡਾਇਮੰਡ ਕੱਟ ਕਵਾਂਗੇ ਹਨਾ ਹਾਂ ਬਿਲਕੁਲ ਪੂਰਾ ਡਾਇਮੰਡ ਕੱਟ ਹੈ ਤੇ ਉੱਪਰ ਇਹਦੀ ਸਮੋਕੀ ਹੈ ਆ ਜਿਹੜੀ ਚੀਜ਼ ਹੈ ਔਰ ਜਿਹੜਾ ਬਲੈਕ ਕਲਰ ਹੈ ਉਹ ਵੀ ਇਹਦਾ ਮੈਚ ਹੈ ਪੂਰਾ ਮੈਚ ਹੈ ਬਹੁਤ ਸੋਹਣੀ ਇਹਦੀ ਲੁੱਕ ਆ ਰਹੀ ਹੈ ਤੁਸੀਂ ਵੇਖ ਸਕਦੇ ਹੋ ਤੇ ਟਾਇਰ ਦਾ ਸਾਈਜ਼ ਭਾਈ ਪਹਿਲੇ ਕੰਪਨੀ ਵਾਲਾ ਦੱਸੇ ਜਾਵੇ ਤੁਹਾਨੂੰ ਕੀ ਪ੍ਰੋਵਾਈਡ ਹੁੰਦਾ ਕੰਪਨੀ ਵੱਲੋਂ ਤੇ ਓਰੀਜਨਲ ਅਲੋਇਸ ਆਏ ਸੀਗੇ ਕੀ ਸਾਈਜ਼ ਪ੍ਰੋਵਾਈਡ ਹੁੰਦਾ ਪੂਰਾ 255 65 ਦਾ ਟਾਇਰ ਆਇਆ ਸੀਗਾ ਉਹ ਵੀ 80 ਆਂਦਾ ਹਾਂਜੀ ਉਹ ਵੀ 80 ਹੈ ਠੀਕ ਹੈ ਬਟ ਅਸੀਂ ਇਹਦੇ ਵਿੱਚ ਹੁਣ ਜਿਹੜਾ ਹੁਣ ਇੰਸਟਾਲ ਕੀਤਾ ਟਾਇਰ ਮੈਕਸਿਸ ਦਾ ਟਾਇਰ ਕੀਤਾ ਹੈ ਇੰਸਟਾਲ ਠੀਕ ਹੈ ਮੈਕਸਿਸ ਦਾ 275 55 RV ਠੀਕ ਹੈ ਜੀ 275 55 R20 ਰੇਜ਼ਰ 80 ਮੈਕਸਿਸ ਦਾ ਮਾਡਲ ਹੈ ਜੀ ਠੀਕ ਹੈ ਹਾਂਜੀ ਤੇ ਕਲੀਅਰ ਆਪਾਂ ਬ੍ਰਾਂਡ ਦੇ ਨਾਲ ਹੀ ਤੁਹਾਨੂੰ ਸਾਰਾ ਕੁਝ ਪ੍ਰੋਵਾਈਡ ਕਰਾਉਂਦੇ ਨੇ ਪ੍ਰੋਵਾਈਡ ਕੀਤਾ ਬ੍ਰਾਂਡ ਔਨ ਕੈਮਰਾ ਤੁਹਾਨੂੰ ਦੱਸਦਾ ਇਹ ਗੱਲ ਨਹੀਂ ਇੰਪੋਰਟਡ ਟਾਇਰ ਜਿਹੜਾ ਇੰਪੋਰਟਡ ਹੁੰਦਾ ਆਪਾਂ ਉਹਨੂੰ ਇੰਪੋਰਟਡ ਹੀ ਕਹਿੰਦੇ ਜਿਹਨੂੰ ਆਪਾਂ ਬ੍ਰਾਂਡ ਹੁੰਦਾ ਉਹਨੂੰ ਬ੍ਰਾਂਡ ਹੀ ਕਹਿੰਦੇ ਆ ਬਿਲਕੁਲ ਜੀ ਤੇ ਇਹ ਚੀਜ਼ ਸਾਡੀ ਖਾਸੀਅਤ ਹੈ ਚੱਲੀ ਚੱਲੀ ਇੱਕ ਵਾਰ ਬੈਕ ਸਾਈਡ ਆਪਾਂ ਬੈਕ ਸਾਈਡ ਵਾਲਾ ਵੀਲ ਜ਼ਰੂਰ ਦਿਖਾਈਏ ਤੁਹਾਨੂੰ ਅੱਜ ਆਪਾਂ ਉਹਨੂੰ ਸਪੈਸ਼ਲੀ ਤੁਹਾਡੇ ਲਈ ਗੱਡੀ ਦੇ ਨਾਲ ਖੋਲ ਕੇ ਰੱਖੇ ਕਿਉਂ ਕਿਉਂਕਿ ਇੱਕ ਵਾਰ ਬੈਕ ਸਾਈਡ ਹੋ ਕੇ ਗੱਡੀ ਦੀ ਟੋਟਲ ਤੁਹਾਨੂੰ ਲੁੱਕ ਇੱਕ ਦਿਖਾ ਦਈਏ ਕਿ ਕਿੱਦਾਂ ਦੀ ਗੱਡੀ ਦੀ ਇੱਕ ਲੁੱਕ ਆਉਂਦੀ ਆ ਤੇ ਭਾਈ ਇਹਨੂੰ ਇੱਕ ਚੀਜ਼ ਪੁੱਛਾਂਗੇ ਵੀ ਆਪਾਂ ਜ਼ਰੂਰ ਭਾਈ ਇਹਦੇ ਵਿੱਚ ਆਪਾਂ ਨੂੰ ਕੋਈ ਸਪੇਸਰ ਫਿੱਟ ਕਰਨ ਦੀ ਲੋੜ ਪਈ ਆ ਹੁਣ ਤੱਕ ਨਹੀਂ ਇਹਦੇ ਵਿੱਚ ਕੋਈ ਵੀ ਸਪੇਸਰ ਅਸੀਂ ਇੰਸਟਾਲ ਨਹੀਂ ਕੀਤਾ ਡਾਇਰੈਕਟ ਫਿਟਮੈਂਟ ਹੈ ਠੀਕ ਹੈ ਕੋਈ ਸਪੇਸਰ ਨਹੀਂ ਹੈ ਕੋਈ ਕੁਝ ਨਹੀਂ ਡਾਇਰੈਕਟ ਫਿਟਮੈਂਟ ਅਲੋਇਸ ਪਾਏ ਨੇ ਠੀਕ ਹੈ ਠੀਕ ਹੈ ਤੇ ਇਹਦੇ ਨਾਲ ਦੇਖ ਸਕਦੇ ਹੋ ਇੱਕ ਚੀਜ਼ ਹੋਰ ਆਪਾਂ ਪੁੱਛਣੀ ਜ਼ਰੂਰ ਚਾਹਾਂਗੇ ਸੌਰੀ ਵਿੱਚ ਵੀ ਬਾਰ-ਬਾਰ ਮੈਂ ਰੋਕ ਰਿਹਾ ਨਹੀਂ ਮੈਂ ਸਾਰੇ ਲਗਾਤਾਰ ਪੁੱਛਨੇ ਤੁਹਾਨੂੰ ਫਿਰ ਤੁਸੀਂ ਸਾਰੇ ਲਗਾਤਾਰ ਜਵਾਬ ਦੇਣੇ ਆ ਠੀਕ ਹੈ ਤੇ ਇੱਕ ਚੀਜ਼ ਇਹ ਦੱਸਿਆ ਜਾਵੇ ਜਿੱਦਾਂ ਇਹਦੀ ਬੈਕ ਹੈਗੀ ਆ ਇਹ ਬੈਕ ਦੇ ਉੱਤੇ ਅਗਰ ਆਪਾਂ ਇੰਨਾ ਹੈਵੀ ਲੋਡ ਪਾਉਂਦੇ ਆ ਤੇ ਉਹਦੇ ਨਾਲ ਕੋਈ ਦਿੱਕਤ
नहीं कोई इशू नहीं है बेसिकली इन्होंने आज बहुत स्ट्रॉन्ग बनाया है ठीक है हजे तक कोई इशू नहीं है ਕਿਉਂਕਿ ਕਿ ਆਪਾਂ 24 26 ਸਾਰੇ ਦਿਖਾ ਚੁੱਕੇ ਹਾਂ ਸਾਰੇ ਦਿਖਾ ਚੁੱਕੇ ਹਾਂ ਹਜੇ ਤੱਕ ਕੋਈ ਇਸ਼ੂ ਨਹੀਂ ਆਇਆ ਮੇਰੇ ਤਾਂ ਠੀਕ ਹੈ ਤੇ ਹੁਣ ਤੁਸੀਂ ਆਪਣੀ ਪਹਿਲੇ ਗੱਲ ਦੱਸੀ ਜਾਵੇ ਸਪੇਸਰਾਂ ਵਾਲੀ ਹਾਂ ਸਪੇਸਰ ਵਾਲੀ ਇਦਾਂ ਮੈਂ ਤੁਹਾਨੂੰ ਦਿਖਾ ਰਿਹਾ ਸੀਗਾ ਤੁਸੀਂ ਹੱਬ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਕਿ ਕੋਈ ਅਸੀਂ ਸਪੇਸਰ ਇੰਸਟਾਲ ਨਹੀਂ ਕੀਤਾ ਕੋਈ ਕੁਝ ਨਹੀਂ ਡਾਇਰੈਕਟ ਫਿਟਮੈਂਟ ਪਾਇਆ ਜੀ ਤੇ ਥੋੜਾ ਜਿਹਾ ਲਾਇਕ ਗੰਦਾ ਜਿਹੜੇ ਤੁਹਾਨੂੰ ਸ਼ੂਟ ਸਿਨੇਮੈਟਿਕ ਸ਼ੂਟ ਦੇਖਣ ਨੂੰ ਮਿਲੇ ਨਾ ਪਾਣੀ ਵਾਲੇ ਉਹ ਆਪਾਂ ਸਪੈਸ਼ਲੀ ਤੁਹਾਡੇ ਸਾਰੇ ਲਈ ਅੱਜ ਕੀਤੇ ਕਿਉਂਕਿ ਵੀਡੀਓ ਵਿੱਚ ਕੋਈ ਡਿਫਰੈਂਸ ਸਾਡੇ ਲਈ ਲੈ ਕੇ ਆਂਦੇ ਰਹੀਏ ਤੁਹਾਨੂੰ ਵੇਖਣ ਦਾ ਆਨੰਦ ਆਂਦਾ ਰਵੇ ਤੇ ਸਾਨੂੰ ਤੁਹਾਨੂੰ ਐਂਟਰਟੇਨ ਕਰਨ ਦਾ ਆਨੰਦ ਆਉਂਦਾ ਰਹੇ ਤੇ ਤੁਸੀਂ ਸਾਰੇ ਜਣੇ ਡੀਪਲੀ ਨੌਲੇਜ ਸਾਡੇ ਤੋਂ ਲੈਂਦੇ ਰਹੋ ਤੇ ਭਾਜੀ ਹੁਣ ਇੱਥੇ ਦੱਸਿਆ ਜਾਵੇ ਸਭ ਤੋਂ ਪਹਿਲਾਂ ਆਪਾਂ ਬੂਟ ਖੋਲਿਆ ਆ ਹਾਂਜੀ ਹਾਂਜੀ ਤੇ ਸਾਨੂੰ ਗੱਡੀ ਦੇ ਵਿੱਚ ਇੱਕ ਤੇ ਮੈਟਿੰਗ ਇਹਦੀ ਬੜੀ ਸੋਹਣੀ ਹੋ ਰੱਖੀ ਆ ਜੀਤ ਮੇਰਾ ਵੀਰ ਇਹਦੇ ਬਾਰੇ ਜੇ ਤੁਸੀਂ ਜ਼ਿਆਦਾ ਨੌਲੇਜ ਦੋਗੇ ਤੇ ਜ਼ਿਆਦਾ ਬੈਟਰ ਮੈਨੂੰ ਇਸ ਦੇ ਬਾਰੇ ਇਨੀ ਨੌਲੇਜ ਨਹੀਂ ਹੈ ਮੈਂ ਤੁਹਾਡੇ ਬੈਕ ਸਾਈਡ ਮੈਂ ਇੱਕ ਚੀਜ਼ ਤੁਹਾਨੂੰ ਬੋਲਾਂ ਬੈਕ ਸਾਈਡ ਮੈਂ ਹੈਗਾ ਲੇਕਿਨ ਜੈਨੂਇਨ ਰਿਵਿਊ ਕਸਟਮਰ ਦਿੰਦਾ ਤੇ ਤੁਸੀਂ ਐਜ਼ ਇਟ ਇਜ਼ ਆਪਾਂ ਐਕਸੈਸਰੀ ਦੇ ਉੱਤੇ ਨੌਲੇਜ ਲੈਂਦੇ ਆ ਤੇ ਕਸਟਮਰ ਅਗਰ ਰਿਵਿਊ ਦੇਵੇ ਉਹ ਚੀਜ਼ ਗੱਲ ਵੱਖਰੀ ਹੈ ਨਾ ਤੇ ਤੁਸੀਂ ਇੱਕ ਦੱਸਿਆ ਜਾਵੇ ਤੁਹਾਨੂੰ ਕਿੱਦਾਂ ਹੀ ਲੱਗੀ ਆ ਚੀਜ਼ ਨਹੀਂ ਮੈਨੂੰ ਮੈਟਿੰਗ ਵਗੈਰਾ ਤੇ ਬਹੁਤ ਵਧੀਆ ਲੱਗੀ ਹੈ ਕਸਟਮਰ ਦੀ ਬਿਲਕੁਲ ਨਾਲ ਕਲਰ ਦੇ ਨਾਲ ਮੈਚਿੰਗ ਕਲਰ ਦੇ ਨਾਲ ਮੈਚਿੰਗ ਕਰਵਾਈ ਹੈ ਆ ਬੂਫਰ ਦੀ ਬੜਾ ਸਲੀਕ ਜਿਹਾ ਦੇਖੋ कंबल वाले यूज किए सीट कवर बहुत बस बेस्ट क्वालिटी के यूज किए गए एक बार फ्रंट साइड तो दिखाने आप नाले तो गड़ी के एक काम मैंने बहुत सोहना लगा वो भी तुम बारों दिखाना है वेख सकते हो प्रॉपर तो बहुत अच्छी फिटमेंट है जो थोड़े थोड़े बल खा रहे हैं ए धुप्पे जाके भाई सैट हो जाते हैं है ना बिल्कुल 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 तो यह चीज स्पैशल उस तो अलावा तो बैक साइड की फिटिंग देख सकते हो मेन चीज आम रेस्ट की गल आई थी आम रेस्ट देख सकते हो कितना प्यारा फिटमेंट के नाल है तो वेख सकते हो आराम ना वेखो इन आराम खोलते हैं तो आराम बंद होंगे टक करके बंद नहीं होंगे ठीक है इस अलावा बैक साइड से आर्मरेस्ट चेक कर सकते हैं कप होल्डर से नाल मिलता प्रोवाइड होंगे तो प्रॉपर है फिट्स ने कोई है हिलते जुलते नहीं है तो बाकी ये 70 मैट्स तुम देख सकते हो कितने प्यारे फिटमेंट किए गए हैं भाई उन्होंने कस्टमर ने एक्स्ट्रा रखाए हुए हैं पता नहीं किस काम लिए सानू नहीं पता लेकिन यह चीज बहुत ज्यादा यूज अच्छी की गई है मेन चीज इन्होंने भी दिखाना कस्टमर हाँ ठीक क्रोम क्रोम आता है इतना सारी चीज भी डी क्रोम करता इन्हां तक जिते 4x4 लिखा वो भी डी क्रोम है महिंद्रा का लोगो भी जिते बैचिंग की गई है महिंद्रा ओनू भी डी क्रोम किया गया चीज मेनू बहुत वधिया लगी तुहानू किदां लगी बहुत प्यारी नाइट की रोशनी है बहुत बेस्ट यूज की गई है बाकी प्राइसिंग की गल करांगे सारी रिलेटेड कोई भी प्राइसिंग लैना तो डिस्क्रिप्शन बॉक्स अमन भाई का नंबर छड़िया है आपां तुसीं उत्थों दी चक के प्राइसिंग के बारे पुछ सकदे हो बाकी हुण खालसा भाई बहुत HDFC बजाज दोनों ना करते हैं ਤੁਸੀਂ ਕੋਈ ਵੀ ਕਾਰਡ ਦਾ ਨੰਬਰ ਦਿਓ ਮੋਬਾਈਲ ਨੰਬਰ ਦਿਓ ਤੁਹਾਡੀ EMI ਬੈਟਰੀ ਬਣਾਈ ਹੋ ਜਾਏਗੀ ਚਾਹੇ ਇੱਕ ਪੈਸਾ ਵੀ ਨਾ ਹੋਵੇ ਠੀਕ ਹੈ ਇਹ ਚੀਜ਼ ਤੁਹਾਨੂੰ ਸਾਰਾ ਦੱਸਤਾ ਤੇ ਇੱਕ ਆਪਾਂ ਆਈਡੀਆ ਲੈਣਾ ਚਾਹੀਏ ਤੇ ਆਪਣਾ ਕੀ ਬਜਟ ਬੈਠਦਾ ਹੈ 20 ਇੰਚੀਸ ਅਲੋਏ ਵੀਲਾ ਦੇਖੋ 20 ਇੰਚੀਸ ਅਲੋਏ ਦਾ ਬਜਟ ਤੇ ਅਪਰੋਕਸੀਮੇਟ 50-55,000 ਤੋਂ ਅਲੋਏ ਸਟਾਰਟ ਹੋ ਜਾਂਦੇ ਬਟ ਇਹ ਫਿਊਲ ਦਾ ਬਹੁਤ ਕੋਸਟਲੀ ਹੈ ਥੋੜਾ ਜਿਹਾ ਤਾਂ ਕਰਕੇ ਇਹਦੇ ਅਸੀਂ ਇਦਾਂ ਐਗਜ਼ੈਕਟ ਦੱਸ ਨਹੀਂ ਸਕਦੇ ਡਿਜ਼ਾਈਨ ਦੇ ਉੱਪਰ ਹੈ ਬਹੁਤ ਚੀਜ਼ਾਂ ਦਾ ਵੇਰੀ ਕਰਦਾ ਤੇ ਇਹ ਚੀਜ਼ ਤੁਸੀਂ ਕਾਲ ਕਰਕੇ ਭਾਈ ਨੂੰ ਪੁੱਛ ਸਕਦੇ ਹੋ ਤੁਹਾਨੂੰ WhatsApp ਤੇ ਪਿਕਸ ਅਵੇਲੇਬਲ ਹੋ ਸਕਦੀ ਹੈ ਸ਼ਹਿਰ ਦੇ ਕਿਸੇ ਵੀ ਖੂੰਜੇ ਜਾਂ ਆਪਾਂ ਗੱਲ ਕਰੀਏ ਆਪਣੇ ਜਿੰਨਾ ਛੋਟਾ ਜਿਹਾ ਗੋਲਾ ਜਿਹਨੂੰ ਆਪਾਂ ਕਹਿੰਦੇ ਨਾ PK ਮੂਵੀ ਵਾਲਾ ਗੋਲਾ ਦੂਸਰਾ ਗੋਲਾ ਸੇ ਆਏ ਹੈ ਉਹ ਵਾਲਾ ਗੋਲੇ ਵਿੱਚ ਤੁਸੀਂ ਕਿਹੜੇ ਵੀ ਖੂੰਜੇ 'ਚ ਫੋਨ ਕਰ ਸਕਦੇ ਹੋ ਤੇ ਭਾਈ ਉੱਥੇ ਤੱਕ ਤੁਹਾਨੂੰ ਪ੍ਰੋਵਾਈਡ ਕਰਾਣਗੇ ਕੋਰੀਅਰ ਜਾਊਗਾ ਸਾਰੀ ਫੈਸਿਲਿਟੀ ਭਾਈ ਉਹਨਾਂ ਕੋਲ ਅਵੇਲੇਬਲ ਹੈ ਇਸ ਚੀਜ਼ ਦੀ ਗਰੰਟੀ ਆਪਣੇ ਕੋਲ ਹੈ ਤੇ ਬਾਕੀ ਵੀਡੀਓ ਅੱਛੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਕਰਨਾ ਜ਼ਰੂਰ ਸਬਸਕ੍ਰਾਈਬ ਠੀਕ ਹੈ ਤੇ ਆਪਾਂ ਡਾਇਲੌਗ ਚੇਂਜ ਕਰ ਚੁੱਕੇ ਆ ਤੇ ਭਾਈ ਕੋਈ ਐਡਰੈਸ ਦੁਬਾਰਾ ਕਨਫਰਮ ਕੀਤਾ ਜੀ ਐਡਰੈਸ ਹੈ ਜੀ ਖਾਲਸਾ ਟਾਇਰਸ ਜਲੰਧਰ
इन फ्रंट ऑफ गुरुद्वारा साहिब नियर कमल पैलेस होटल ते मेरा नंबर है 9041464646 ते एक चीज और ਤੁਹਾਨੂੰ ਸਰ ਪਹਿਲੇ ਦਾਦਾ ਤੁਸੀਂ ਕਹੋਗੇ ਆਵਾਜ਼ ਨਹੀਂ ਸੁਣਾਈ 1300 ਵਾਟ JBL ਦੀ ਬੇਸ ਟਿਊਬ ਦੀ ਸਭ ਨੇ ਆਵਾਜ਼ ਸੁਣੀ ਹੋਈ ਹੈ ਸਾਡੀ ਹੋਰ ਵੀਡੀਓ ਸੁਣੀ ਹੋਈ ਹੈ ਤੇ ਉਹਦੇ ਲਈ ਕਮੈਂਟ ਨਾ ਕਰਿਓ ਜੀ ਵੀਡੀਓ ਅੱਛੀ ਲੱਗੀ ਹੈ ਤੇ ਮਿਲਦੇ ਆ ਟਿਲ ਦੈਨ ਬਾਏ